ਕੋਰੋਨਾ ਵਾਇਰਸ ਨੂੰ ਲੈ ਕੇ ਗੁਰਦਾਸਪੁਰ ਤੋਂ ਇੱਕ ਵੱਡਾ ਮਾਮਲਾ ਜਿਹੜਾ ਵਾ ਸਾਹਮਣੇ ਆਇਆ ਵਾ। ਜਿਹੜਾ ਗੁਰਦਾਸਪੁਰ ਸੀ ਕਾਫੀ ਲੰਮੇ ਸਮੇਂ ਤੋਂ ਕੋਰੋਨਾ ਤੋਂ ਬਚਿਆ ਹੋਇਆ ਸੀਗਾ, ਲੇਕਿਨ ਹੁਣ ਇੱਕ ਜਿਹੜਾ ਮਾਮਲਾ ਵਾ ਗੁਰਦਾਸਪੁਰ ਦੇ ਵਿੱਚ ਵੀ ਸਾਹਮਣੇ ਆਇਆ ਵਾ। ਗੁਰਦਾਸਪੁਰ ਦੇ ਪਿੰਡ ਜਿਹੜਾ ਭੈਣੀ ਪਸਵਾਲ ਦਾ ਜਿਹੜਾ ਇੱਕ 60 ਸਾਲਾ ਵਿਅਕਤੀ ਸੀ ਉਹ ਕੋਰੋਨਾ ਪੀੜਤ ਜਿਹੜਾ ਵਾ ਪਾਇਆ ਗਿਆ ਵਾ, ਜਿਸ ਤੋਂ ਬਾਅਦ ਪੂਰੇ ਪਿੰਡ ਦੀ ਜਿਹੜੀ ਸਕਰੀਨਿੰਗ ਵਾ ਉਹ ਕੀਤੀ ਜਾ ਰਹੀ ਆ। ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਦਾ ਕਹਿਣਾ ਵਾ ਕਿ ਇਹ ਜਿਹੜਾ ਪੀੜਤ ਵਾ ਇਹ ਜਿਹੜਾ ਭੈਣੀ ਪਸਵਾਲ ਪਿੰਡ ਦਾ ਰਹਿਣ ਵਾਲਾ ਸੀਗਾ, ਜਿਸ ਤੋਂ ਬਾਅਦ ਇਸ ਦਾ ਜਿਹੜਾ ਇਲਾਜ ਵਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਕੀਤਾ ਜਾ ਰਿਹਾ ਵਾ। ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਜਿਹੜਾ ਵਿਅਕਤੀ ਸੀਗਾ 60 ਸਾਲਾ ਇਹ ਜਲੰਧਰ ਦੇ ਵਿੱਚ ਇਹਦਾ ਕੋਈ ਯਾਰ ਦੋਸਤ ਸੀਗਾ ਜਿਸ ਦੇ ਨਾਲ ਇਹ ਸੰਪਰਕ ਵਿੱਚ ਆਇਆ, ਅਤੇ ਉਸ ਦੇ ਨਾਲ ਜਿਹੜਾ ਮਿਲਣ ਤੋਂ ਬਾਅਦ ਜਿਹੜਾ ਵਾ ਪੀੜਤ ਹੋ ਗਿਆ ਅਤੇ ਹੁਣ ਇਹਦਾ ਇਲਾਜ ਜਿਹੜਾ ਵਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਕੀਤਾ ਜਾ ਰਿਹਾ ਵਾ। ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਜਿਹੜਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਦੀ ਸਕਰੀਨਿੰਗ ਜਿਹੜੀ ਕੀਤੀ ਜਾ ਰਹੀ ਆ, ਜਿਹੜੀ ਇਤਿਹਾਤ ਵਾ ਪੂਰੀ ਵਰਤੀ ਜਾਣ ਰਹੀ ਆ, ਅਤੇ ਲੋਕਾਂ ਨੂੰ ਵੀ ਅਪੀਲ ਆ ਵੀ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ। ਕੈਮਰਾ ਪਰਸਨ ਨਰੇਸ਼ ਸ਼ਰਮਾ ਦੇ ਨਾਲ ਅਵਤਾਰ ਸਿੰਘ, ਟਰੂਸਕੋਪ ਪੰਜਾਬੀ, ਗੁਰਦਾਸਪੁਰ। ਆਪਣੇ ਦੋ ਹੀ ਨੇ, ਇੱਕ ਠੀਕ ਹੋ ਚੱਲ ਗਿਆ ਵਾ ਅਤੇ ਆ ਇੱਕ ਹੀ ਆ। ਮਿਲੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਜਲੰਧਰ ਦੇ ਕਿਸੇ ਕਰੋਨਾ ਪੋਜ਼ੀਟਿਵ ਪੇਸ਼ੈਂਟ ਦਾ ਜਿਹੜਾ ਕੰਟੈਕਟ ਸੀਗਾ ਉਹ ਪੋਜ਼ੀਟਿਵ ਆਇਆ। 60 ਸਾਲ ਦੀ ਉਮਰ ਹੈ ਉਹਨਾਂ ਦੀ ਅਤੇ ਭੈਣੀ ਪਸਵਾਲ ਪਿੰਡ ਤੋਂ ਹੈਗੇ ਆ, ਅਤੇ ਅਸੀਂ ਉੱਥੇ ਜਿਹੜੀ ਜੋ ਸਟੈਂਡਰਡ ਪ੍ਰੋਟੋਕੋਲ ਹੈ ਉਸ ਏਰੀਏ ਨੂੰ ਕਾਡਨ ਆਫ ਕਰਕੇ ਸਕਰੀਨਿੰਗ ਸ਼ੁਰੂ ਕਰ ਰਹੇ ਹਾਂ, ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਹੈ, ਅਤੇ ਹੋਰ ਜ਼ਿਆਦਾ ਕੇਸ ਨਹੀਂ ਆਇਆ ਕੋਈ, ਪਰ ਫਿਰ ਵੀ ਟੈਸਟ ਕਰਨੇ ਬਹੁਤ ਜ਼ਰੂਰੀ ਨੇ। ਅਤੇ ਇਹ ਪੇਸ਼ੈਂਟ ਸਾਡੇ ਕੋਲ ਕੱਲ੍ਹ ਆਏ ਸੀਗੇ, ਇਹਨਾਂ ਨੂੰ ਕੋਈ ਸਿਮਟਮ ਸੀਗੇ ਅਤੇ ਉਹਨਾਂ ਦੀ ਟੈਸਟ ਰਿਪੋਰਟ ਹੁਣ ਥੋੜ੍ਹੀ ਦੇਰ ਪਹਿਲਾਂ ਆਈ ਹੈ, ਅਤੇ ਅਸੀਂ ਜੋ ਉਹਦਾ ਪ੍ਰੋਟੋਕੋਲ ਬਣਦਾ ਕਾਰਵਾਈ ਸ਼ੁਰੂ ਕਰ ਦਿੱਤੀ। ਸਰ ਕਿੱਥੇ ਭੇਜਿਆ ਜਾਊਗਾ ਦੁਬਾਰਾ ਇਸ ਤਰ੍ਹਾਂ? ਨਹੀਂ, ਸੈਂਪਲ ਤਾਂ ਇਹਨਾਂ ਦਾ ਜਿਹੜਾ ਪੋਜ਼ੀਟਿਵ ਆ ਚੁੱਕਿਆ ਹੁਣ ਤਾਂ ਸਾਰੇ ਪਿੰਡ ਨੂੰ ਦੇਖ ਕੇ ਜਿਹੜੇ ਹੋਰ ਬੰਦੇ ਸਕਰੀਨਿੰਗ ਕਰਕੇ ਉਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਕਿ ਉੱਥੇ ਜਿਹੜਾ ਕੋਈ ਹੋਰ ਬੰਦੇ ਨੂੰ ਬਿਮਾਰੀ ਨਾ ਅੱਗੇ ਲੱਗੀ ਹੋਵੇ ਅਤੇ ਇਹਨੂੰ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਫਿਲਹਾਲ ਤਾਂ ਇੱਥੇ ਆਪਣੇ ਗੁਰਦਾਸਪੁਰ ਹੀ ਹੈ, ਪਰ ਉਸ ਤੋਂ ਬਾਅਦ ਉਹਦੀ ਕੰਡੀਸ਼ਨ ਪਰ ਡਿਪੈਂਡ ਕਰਦਾ, ਜਿਵੇਂ ਡਾਕਟਰ ਡਿਸਾਈਡ ਕਰਨਗੇ ਜੇ ਲੋੜ ਪਈ ਤਾਂ ਅੰਮ੍ਰਿਤਸਰ ਸ਼ਿਫਟ ਕਰਾਂਗੇ। ਅਜੇ ਫਿਲਹਾਲ ਉੱਥੇ ਗੁਰਦਾਸਪੁਰ ਪਹਿਲਾਂ ਕੇਸ ਇਹੀ ਅਪੀਲ ਹੈ ਕਿ ਜੀ ਆਪਾਂ ਸਾਰੇ ਜਾਣੇ ਧਿਆਨ ਦੇਈਏ, ਪਹਿਲਾਂ ਬਚੇ ਹੋਏ ਸੀਗੇ ਪਰੰਤੂ ਇਹ ਅਨਫੋਰਚੁਨੇਟ ਹੈ, ਬੜੀ ਮਾੜੀ ਗੱਲ ਹੋਈ ਆ ਕਿ ਇੱਕ ਪੇਸ਼ੈਂਟ ਪੋਜ਼ੀਟਿਵ ਆ ਗਏ ਨੇ, ਅਤੇ ਅਸੀਂ ਇਹਨਾਂ ਦੇ ਵੀ ਇਲਾਜ ਦਾ ਪੂਰਾ ਧਿਆਨ ਰੱਖਾਂਗੇ। ਪਰ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ, ਜ਼ਿਲ੍ਹਾ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ। ਹੁਣ ਤਾਂ ਜ਼ਿਆਦਾ ਲੋੜ ਪੈ ਗਈ ਹੈ ਕਿਉਂਕਿ ਇਹਨਾਂ ਦੇ ਕੰਟੈਕਟ 'ਚ ਅੱਗੇ ਬੰਦੇ ਆਏ, ਕੁਛ ਅੱਗੇ ਬੰਦਾ ਆਇਆ ਹੋਵੇ, ਅਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।